ਕਿ ਅਗਰ ਗਠਵੰਦਨ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਲਟਾ ਇਹਦੇ ਝਟਕੇ ਲੱਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਣਾ ਵਾਲਾ ਮੈਂ ਤੁਹਾਨੂੰ ਫੇਰ ਕਹਿਣ ਲੱਗਾ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਤੇ ਕੋਈ ਨਾ ਕਿਤੇ ਗੱਠ ਜੋੜ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਉਹ ਚੋਣਾਂ ਨਹੀਂ ਲੜ ਸਕਦਾ ਤਾਂ ਅਕਾਲੀ ਦਲ ਬੁਰੀ ਤਰ੍ਹਾਂ ਘਬਰਾਇਆ ਹੋਇਆ ਹੈ ਪੂਲ ਪਿੰਡਾਂ ਦੇ ਵਿੱਚ ਵੀ ਅਕਾਲੀ ਦਲ ਜਿਹੜਾ ਉਹ ਪੁਰਾਣੀ ਪੋਜੀਸ਼ਨ ਤੇ ਨਹੀਂ ਹੈ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਇਸ ਟਾਈਮ ਇਸ ਚੀ ਸੀ ਜਿਹੜੀਆਂ ਦੋ ਸੀਟਾਂ ਵੀ ਪਿਛਲੀ ਵਾਰ ਜਿੱਤੇ ਨੇ ਉਹ ਵੀ ਮੁਸ਼ਕਲ ਹੈ 2024 ਦੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਹੈ ਇਸ ਲਈ ਇਸ ਗੱਠਜੋੜ ਦੇ ਵਿੱਚ ਕੀ ਹੋਏਗੇ ਹਾਲਾਤ ਕੀ ਹੋਏਗਾ ਜਾਂ ਨਹੀਂ ਇਸ ਲਈ ਸਾਡੇ ਨਾਲ ਗੱਲਬਾਤ ਕਰਨ ਨੂੰ ਮੌਜੂਦ ਨੇ ਸੀਨੀਅਰ ਜਰਨਲਿਸਟ सुरेंद्रਪਾਲ ਜੀ सुरेंद्रਪਾਲ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਜੇ ਗੱਠਬੰਧਨ ਹੋਣ ਦੇ ਚਾਂਸ ਕਿੰਨੇ ਦੇਖੋ ਹਜੇ ਗੱਲਬਾਤ ਚੱਲ ਰਹੀ ਹੈ ਇਹਨਾਂ ਦੀ ਕਾਰਨ ਇਹ ਹੈ ਕਿ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਪੋਜੀਸ਼ਨ ਤੇ ਹੈ ਉਹ 2017 ਤੋਂ ਪਹਿਲਾਂ ਜਿਹੜੀਆਂ 2019 ਦੀਆਂ ਬਾਅਦ ਚ ਚੋਣਾਂ ਹੋਈਆਂ ਉਹਨਾਂ ਤੋਂ ਕਾਫੀ ਬਿਹਤਰ ਪੋਜੀਸ਼ਨ 'ਚ ਆ ਪੰਜਾਬ 'ਚ ਕਿਉਂਕਿ ਕਾਂਗਰਸ ਦੇ ਵੀ ਕਾਫੀ ਲੋਕ ਟੁੱਟ ਕੇ ਜਾ ਚੁੱਕੇ ਨੇ ਔਰ ਪਿੰਡਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਈ ਸਿੱਖ ਨੁਮਾਇੰਦੇ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਗਿਆ ਲੇਕਿਨ ਗੱਲ ਇਹ ਹੈ ਕਿ ਹੁਣ ਸੀਟਾਂ ਦੀ ਵੰਡ ਦੇ ਉੱਤੇ ਇਹਨਾਂ ਦੀ ਗੱਲ ਜਿਹੜੀ ਆ ਮੈਨੂੰ ਪਤਾ ਲੱਗਿਆ اٹਕੀ ਹੋਈ ਆ ਕਿਉਂਕਿ ਹੁਣ ਭਾਰਤੀ ਜਨਤਾ ਪਾਰਟੀ ਤਿੰਨ ਸੀਟਾਂ ਦੇ ਚੋਣ ਨਹੀਂ ਲੜਨਾ ਚਾਹਦੀ ਉਹ ਅਨੰਦਪੁਰ ਸਾਹਿਬ ਵਾਲੀ ਸੀਟ ਤੇ ਵੀ ਕਲੇ ਉਹ ਜਿਹੜੀ ਆ ਉਸ ਤੋਂ ਇਲਾਵਾ ਲੁਧਿਆਣਾ ਸਿਟੀ ਸੀਟ ਤੇ ਵੀ ਕਲੇਮ ਕਰੇਗੀ ਜਿੱਥੇ ਰਵਨੀਤ ਸਿੰਘ ਬਿੱਟੂ ਨੇ ਔਰ ਅਮਰੀਕ ਸਰ ਸਿਟੀ ਤੇ ਆਲਰੇਡੀ ਉਹ ਲੜਦੇ ਨੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਉਹ ਲੜ ਰਹੇ ਨੇ ਔਰ ਉਮੀਦ ਹੈਗੀ ਆ ਕਿ ਜੇ ਇਹ ਸੀਟਾਂ ਅਕਾਲੀ ਦਲ ਸਰੈਂਡਰ ਕਰ ਜੇਗਾ ਤੇ ਕੋਈ ਨਾ ਕਿਤੇ ਗੱਠ ਜੋੜ ਦੀ ਸੰਭਾਵਨਾ ਹੈਗੀ ਆ ਕਿਉਂਕਿ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਬਿਨਾ ਉਹ ਚੋਣਾਂ ਨਹੀਂ ਲੜ ਸਕਦੇ ਕਿਉਂਕਿ ਜਿੱਦਾਂ ਨਾਰਥ ਇੰਡੀਆ ਦੇ ਵਿੱਚ ਉੱਤਰੀ ਭਾਰਤ ਜਿੰਨੂੰ ਆਪਾਂ ਕਹਿੰਦੇ ਆ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਆ ਤੁਸੀਂ ਦੇਖਿਆ ਰਾਜਸਥਾਨ ਦੀਆਂ ਚੋਣਾਂ ਮੱਧ ਪ੍ਰਦੇਸ਼ ਦੀਆਂ ਚੋਣਾਂ ਛਤੀਸਗੜ੍ਹ ਦੀਆਂ ਚੋਣਾਂ ਕਲੀਨ ਸਵੀਪ ਜਿੱਦਾਂ ਸਰਕਾਰ ਬਣੀ ਆ ਔਰ ਜਿੱਦਾਂ ਅੱਗੋਂ ਦੇਸ਼ ਦੇ ਵਿੱਚ ਦਿਖ ਰਿਹਾ ਕਿ ਮੋਦੀ ਲਾਇਰ ਤੀਜੀ ਵਾਰ ਵੀ ਜਿਹੜੀ ਆ ਪੂਰੀ ਦਮਦਾਰ ਤਰੀਕੇ ਨਾਲ ਸਰਕਾਰ ਬਣਾ ਰਹੀ ਹੈ ਕਿਤੇ ਨਾ ਕਿਤੇ ਅਕਾਲੀ ਦਲ ਦੀ ਵੀ ਮਜਬੂਰੀ ਹੈ ਦੂਸਰੀ ਜਿਹੜੀ ਵੱਡੀ ਗੱਲ ਹੈ ਜੀ ਕਿ ਅਕਾਲੀ ਦਲ ਆਪ ਜਿਹੜਾ ਪੰਥਕ ਮੁੱਦਿਆਂ ਤੇ ਬੁਰੀ ਤਰ੍ਹਾਂ ਘਿਰ ਚੁੱਕਾ ਹੋਇਆ ਹੈ ਭਾਈ ਰਾਜੋ ਹਨਾ ਦਾ ਮਾਮਲਾ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਨਹੀਂ ਕਰ ਸਕੀ ਭਾਈ ਰਾਜੋ ਹਨਾ ਨਾਰਾਜ਼ ਨੇ ਔਰ ਉਹਦੇ ਨਾਲ ਪੰਥਕ ਹਲਕਿਆਂ ਚ ਨਾਰਾਜ਼ਗੀ ਆ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ 98 ਦੀ ਰਿਪੋਰਟ ਜਿਹੜੀ ਆ ਤਿੰਨ ਵਾਰ ਬਾਅਦ ਸਰਕਾਰ ਆਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰਿਪੋਰਟ ਹੀ ਨਹੀਂ ਖੋਲੀ ਗਈ ਉਹ ਤੋ ਅਕਾਲੀ ਦਲ ਬੁਰੀ ਤਰ੍ਹਾਂ ਘਬਰਾਇਆ ਹੋਇਆ ਹੁਣ ਪਿੰਡਾਂ ਦੇ ਵਿੱਚ ਵੀ ਅਕਾਲੀ ਦਲ ਜਿਹੜਾ ਉਹ ਪੁਰਾਣੀ ਪੋਜੀਸ਼ਨ ਤੇ ਨਹੀਂ ਆ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਇਸ ਟਾਈਮ ਇਸ ਚੀਜ਼ ਦੀ ਘਾਟ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਨਾਲ ਸੀ ਸਮਝੌਤਾ ਨਾ ਕੀਤਾ ਤੇ ਜਿਹੜੀਆਂ ਦੋ ਸੀਟਾਂ ਵੀ ਪਿਛਲੀ ਵਾਰ ਜਿੱਤੇ ਨੇ ਉਹ ਵੀ ਮੁਸ਼ਕਲ ਹੈ ਕਾਰਨ ਇਹ ਹੈ ਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਬਠਿੰਡਾ ਤੋਂ ਬੀਬੀ ਹਰਸਿਮਰਤ कौर ਬਾਦਲ ਜਿੱਤੀ ਹੈ 2019 ਦੀ ਚੋਣ ਸਿਰਫ 21500 ਕੁਝ ਵੋਟਾਂ ਤੇ ਜਿੱਤੀ ਹੈ ਉਦੋਂ ਨਰਿੰਦਰ ਮੋਦੀ ਦੀ ਲਹਿਰ ਸੀ ਔਰ ਬੀਜੇਪੀ ਨਾਲ ਗਠਵੰਡਨ ਸੀ ਔਰ ਜਿਹੜਾ ਬਠਿੰਡਾ ਸਿਟੀ ਏਰੀਆ ਉਹ ਸਾਰਾ ਬੀਜੇਪੀ ਨੂੰ ਵੋਟ ਪੈਂਦਾ ਕਿਉਂਕਿ ਉੱਥੇ ਐਨਐਫਐਲ ਹੈ ਬਠਿੰਡਾ ਰਿਫਾਇਨਰੀ ਹੈ ਇੰਡੀਆਨ ਆਇਲ ਦਾ ਸੈਂਟਰ ਗਵਰਨਮੈਂਟ ਦਾ ਮੁਲਾਜ਼ਮ ਬਹੁਤ ਜ਼ਿਆਦਾ ਹਜ਼ਾਰਾਂ ਦੀ ਤਦਾਦ ਚ ਹੈ 21000 ਵੋਟਾਂ ਨਾਲ ਜਿੱਤ ਸਿਰਫ ਤੇ ਸਿਰਫ ਬੀਬੀ ਹਰਸਿਮਰਦ ਕੋਰ ਬਾਦਲ 2019 ਚ ਲੈ ਪਾਈ ਹੈ ਤੁਸੀਂ ਇਸ ਵਾਰ ਸੋਚੋ ਜੇ ਦੋਨੋਂ ਅਲੱਗ-ਅਲੱਗ ਲੜਨਗੇ ਤੇ ਬੀਬੀ ਹਰਸਿਮਰਦ ਕੋਰ ਬਾਦਲ ਕਿਸੇ ਵੀ ਕੀਮਤ ਤੇ ਉਹ ਸੀਟ ਨਹੀਂ ਝੱਲ ਸਕਦੀ ਫਿਰੋਜ਼ਪੁਰ ਸਿਟੀ ਹੈ ਫਿਰੋਜ਼ਪੁਰ ਦਾ ਹਲਕਾ ਜਿੱਥੇ ਸੁਖਵੀਰ ਸਿੰਘ ਬਾਦਲ ਜਿੱਤਦੇ ਨੇ ਉਹ ਵੀ ਬੀਜੇਪੀ ਦਾ ਐਮਐਲਏ ਵੀ ਰਹੇ ਨੇ ਬੀਜੇਪੀ ਦਾ ਉੱਥੇ ਹੋਲਡ ਹੈ ਫਿਰੋਜ਼ਪੁਰ ਫਿਰੋਜ਼ਪੁਰ ਛੌਣੀ ਹੈ ਬੀਐਸਐਫ ਦਾ ਏਰੀਆ ਉਹ ਸਾਰੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰਵਾਦੀ ਸੋਚ ਦੇ ਨਾਲ ਖੜਦੇ ਨੇ ਤੇ ਵੋਟਾਂ ਉਹਨਾਂ ਨੂੰ ਉੱਥੇ ਪੈਂਦੀਆਂ ਨੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਹੈਗਾ ਕਿ ਮੇਰੇ ਹਲਕੇ ਦੇ ਵਿੱਚ ਇੱਕ ਵੀ ਅਕਾਲੀ ਦਲ ਦਾ ਲੀਡਰ ਨਹੀਂ ਜਿੱਤਿਆ ਹੋਇਆ ਜਲਾਲਾਬਾਦ ਤੋਂ ਖੁਦ 2000 ਬਾਈ ਦੀ ਚੋਣ ਹਾਰ ਚੁੱਕੇ ਨੇ ਸੋ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਚੀਜ਼ ਦਾ ਖਦਸ਼ਾ ਹੈਗਾ ਕਿ ਇਸ ਵਾਰ ਫਿਰੋਜ਼ਪੁਰ ਸਿਟੀ ਵੀ ਉਹਨਾਂ ਲਈ ਬਹੁਤ ਔਖੀ ਹੋਏਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਪੂਰੀ ਤਾਕਤ ਲੱਗੇਗੀ ਫਿਰੋਜ਼ਪੁਰ ਸਿਟੀ ਜਿੱਤਣ ਲਈ ਜਿੱਥੋਂ ਸਾਰੇ ਐਮਐਲਏ ਉਹਨਾਂ ਦੇ ਜਿੱਤੇ ਹੋਏ ਨੇ ਸੋ ਕਿਤੇ ਨਾ ਕਿਤੇ ਸੁਖਬੀਰ ਬਾਦਲ ਔਰ ਸ਼ਰੋਣੀ ਅਕਾਲੀ ਦਲ ਦੀ ਇਹ ਮਜਬੂਰੀ ਹੈ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਨਾ ਕੋਸ਼ਿਸ਼ਾਂ ਜਾਰੀ ਹੈ ਲੇਕ ਪੰਜਾਬ ਦੇ ਵਿੱਚ ਕਿ ਅਗਰ ਗਠਜੰਦਨ ਹੁੰਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਲਟਾ ਇਹਦੇ ਝਟਕੇ ਲੱਗਣਗੇ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੰਦਨ ਤੋਂ ਬਾਅਦ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਅਕਸੈਪਟ ਕਰਨਗੇ ਇੱਕ ਗੱਲ ਇਹ ਦੂਜਾ ਕੀ ਇਹ ਜ਼ਿਆਦਾ ਸੀਟਾਂ ਕੱਢ ਪਾਣਗੇ ਕਿ ਨਹੀਂ ਕੱਢ ਪਾਣ ਦੇਖੋ ਸਭ ਤੋਂ ਵੱਡੀ ਗੱਲ ਹੈ ਅਕਾਲੀ ਦਲ ਲਈ ਬੜੀ ਵੱਡੀ ਪ੍ਰੋਬਲਮ ਆਏਗੀ ਕਾਰਨ ਇਹ ਹੈ ਕਿ ਸਾਡੇ ਕਈ ਮੁੱਦੇ ਸੈਂਟਰ ਦੇ ਨਾਲ ਕਨਫਲਿਕਟ ਹੋ ਰਿਹਾ ਚੰਡੀਗੜ੍ਹ ਦਾ ਮੁੱਦਾ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਸ ਤੋਂ ਇਲਾਵਾ ਜਿਹੜਾ ਵਿਧਾਨ ਸਭਾ ਹਰਿਆਣਾ ਨੂੰ ਦੇਣ ਦਾ ਮੁੱਦਾ ਕਿੱਦਾਂ ਅਸੀਂ ਹਰਿਆਣਾ ਦੀ ਵਿਧਾਨ ਸਭਾ ਨੂੰ ਉੱਥੇ ਜਗ੍ਹਾ ਦਿੱਤੀ ਜਾ ਰਹੀ ਐਸਵਾਈਐਲ ਦਾ ਮੁੱਦਾ ਅੱਛਾ ਇੰਨਾ ਮੁੱਦਿਆਂ ਤੋਂ ਵੀ ਹਟ ਜੀਏ ਭਾਈ ਰਾਜੋਵਾਨਾ ਦਾ ਮੁੱਦਾ ਜਿਸ ਦੇ ਬਾਰੇ ਕੇਂਦਰੀ ਮੰਤਰੀ ਅਮੀਸ਼ਾਜੀ ਨੇ ਸਿੱਧਾ ਕਰਾਰਾ ਜਵਾਬ ਦਿੱਤਾ ਕਿ ਜਿਹਦੇ ਵਿੱਚ ਜਿਹੜਾ ਬੰਦਾ ਜਿਹਨੂੰ ਹੈ ਹੀ ਨਹੀਂ ਅਹਿਸਾਸ ਗਲਤੀ ਦਾ ਤੇ ਉਹਨੂੰ ਮਾਫੀ ਕਰਦੀ ਉਹਨੂੰ ਰਹਿਮ ਕਰਦਾ ਅਕਾਲੀ ਦਲ ਕਿੱਦਾਂ ਉਹਦੇ ਨਾਲ ਖੜਾ ਕਰੇਗਾ ਫਿਰ 750 ਕਿਸਾਨ ਜਿਹੜੇ ਆ ਉਹ ਸ਼ਹੀਦ ਹੋਏ ਆ ਉਦੋਂ ਜਦੋਂ ਫਾਰਮਰ ਐਜੀਟੇਸ਼ਨ ਹੋਇਆ ਬਿੱਲਾਂ ਦੇ ਖਿਲਾਫ ਔਰ ਅਕਾਲੀ ਦਲ ਨੇ ਉਹ ਤੋਂ ਗਠਵੰਧਨ ਤੋੜਿਆ ਕੀ ਜਵਾਬ ਦੇਣਗੇ ਉਹ 700 ਜਿਹੜਾ 50 ਕਿਸਾਨ ਹੈ ਜੋ ਸ਼ਹੀਦ ਹੋਇਆ ਹੁਣ ਤੁਸੀਂ ਉਹਨੂੰ ਮੇਰਾ ਸਵਾਲ ਵੀ ਇਹੀ ਇਨਾਂ ਹਾਲਾਤਾਂ ਵਿੱਚ ਕੀ ਕੀ ਫਾਇਦਾ ਹੋਉਂਦਾ ਨਹੀਂ ਨਹੀਂ ਫਾਇਦਾ ਨਹੀਂ ਹੋਏਗਾ ਨੁਕਸਾਨ ਹੋਏਗਾ ਕਿਉਂਕਿ ਭਾਈ ਰਾਜੋਵਾਨਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਟਾਈਮ ਪੰਜਾਬ ਦਾ ਟਾਪ ਪ੍ਰਾਇਰਟੀ ਮੁੱਦਾ ਸੋ ਗਦੇ ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਜਿਹੜਾ ਇਸ ਟਾਈਮ ਟਾਪ ਪ੍ਰਾਇੋਰਟੀ ਦਾ ਮੁੱਦਾ ਹੈ ਉਸ ਤੋਂ ਇਲਾਵਾ ਜਿਹੜੇ ਹੋਰ ਮੁੱਦੇ ਹੈਗੇ ਸਾਡੇ ਚੰਡੀਗੜ੍ਹ ਦੇ ਆ ਜਾਂ ਹੋਰ ਮੁੱਦੇ ਹੈਗੇ ਆ ਇਹ ਇੰਨੀ ਛੇਤੀ ਅਕਾਲੀ ਦਲ ਨੂੰ ਇਹਦਾ ਜਨਤਾ ਦੇ ਵਿੱਚ ਜਵਾਬ ਦੇਣਾ ਬਹੁਤ ਔਖਾ ਹੋਏਗਾ ਹਾਂ ਭਾਰਤੀ ਜਨਤਾ ਪਾਰਟੀ ਨੂੰ ਜ਼ਰੂਰ ਫਾਇਦਾ ਹੋਏਗਾ ਕਾਰਨ ਇਹ ਹੈ ਕਿ ਉਹਨਾਂ ਦੀ ਹਰ ਅਰਬਨ ਸੀਟ ਦੇ ਨਾਲ ਰੂਰਲ ਏਰੀਆ ਲੱਗਦਾ ਜੇ ਮੰਨ ਲਓ ਹੁਸ਼ਿਆਰਪੁਰ ਸੀਟ ਹੈ ਜਿੱਥੇ ਚੌਧਰੀ ਸੋਮ ਪ੍ਰਕਾਸ਼ ਨੇ ਫਗਵਾੜਾ ਲੱਗਦਾ ਹੁਸ਼ਿਆਰਪੁਰ ਲੱਗਦਾ ਦਸੂਆ ਟਾਂਡਾ ਮੁਕੇਰੀਆਂ ਅਗੋਂ ਦੋ ਹਲਕੇ ਇਹੋ ਜਿਹੇ ਲੱਗਦੇ ਆ ਜਿੱਥੇ ਆ ਕੇ ਉਹਨਾਂ ਨੂੰ ਅਕਾਲੀ ਦਲ ਦੀ ਲੋੜ ਆ ਭਲੱਥ ਤੇ ਸ਼੍ਰੀ ਹਰਗੋਬਿੰਦਪੁਰ ਉੱਥੇ ਭਾਜਪਾ ਜਿਹੜੀ ਆ ਬਹੁਤ ਡਾਊਨ ਸਟੇਜ ਤੇ ਆ ਭਲੱਥ ਔਰ ਉੱਥੋਂ ਜ਼ਿਆਦਾ ਵੋਟ ਨਹੀਂ ਪੈ ਸਕਦੀ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਭਾਜਪਾ ਨੂੰ ਉਹ ਦੋ ਹਲਕਿਆਂ ਤੋਂ ਲੀਡ ਲੈਣ ਲਿਆ ਅਕਾਲੀ ਦਲ ਦੀ ਲੋੜ ਆ ਇਸ ਤਰ੍ਹਾਂ ਹੀ ਤੁਸੀਂ ਗੁਰਦਾਸਪੁਰ ਚੱਲ ਜਾਓ ਜਦੋਂ ਗੁਰਦਾਸਪੁਰ ਸਿਟੀ ਏਰੀਆ ਭਾਜਪਾ ਬੜੀ ਮਜ਼ਬੂਤ ਹੈ ਪਠਾਨਕੋਟ ਜ ਬੜੀ ਮਜ਼ਬੂਤ ਹੈ ਲੇਕਿਨ ਜਦੋਂ ਡੇਰਾ ਬਾਬਾ ਨਾਨਕ ਕਲਾਂ ਔਰ ਇਧਰ ਪਿੰਡਾਂ ਵਿੱਚ ਜਾਂਦੇ ਆ ਮਾਝੇ ਦੇ ਪਿੰਡਾਂ ਦੇ ਵਿੱਚ ਜਾਂ ਬੀਜੇਪੀ ਨੂੰ ਕੋਈ ਕੋਈ ਫਰਕ ਨਹੀਂ ਪੈਣਾ ਬੀਜੇਪੀ ਨੂੰ ਤਾਂ ਇਹ ਹੈਗਾ ਕਿ ਸਾਨੂੰ ਅਗਰ ਇੱਥੋਂ ਇੱਕ ਵਿਧਾਨ ਸਭਾ ਜੋ 5-5000 ਵੋਟ ਪੈਣੀਆਂ ਚਲੋ ਅਕਾਲੀ ਦਲ ਕਰਕੇ 15 ਪੈ ਜਾਊਗੀ ਲੇਕਿਨ ਉਹਦੇ ਨਾਲ ਹੀ ਬੀਜੇਪੀ ਦਾ ਗੇਨ ਹੋ ਜਾਏਗਾ ਲੇਕਿਨ ਗੱਲ ਇਹ ਹੈ ਕਿ ਅਕਾਲੀ ਦਲ ਦਾ ਗੇਨ ਨਹੀਂ ਹੋਣਾ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੂੰ ਗੇਨ ਹੋਏਗਾ ਲੇਕਿਨ ਇੱਕ ਦੂਜੇ ਪਾਸੇ ਇਹ ਵੀ ਸਵਾਲ ਹੈ ਕਿ ਜਿਹੜੇ ਬੀਜੇਪੀ ਦੇ ਨੇਤਾ ਨੇ ਪੁਰਾਣੇ ਨੇਤਾ ਖਾਸ ਕਰਕੇ ਟਕਸਾਲੀ ਨੇ ਉਹ ਚਾਹਦੇ ਨਹੀਂ ਕਿਉਂਕਿ ਇਹਨਾਂ ਨੂੰ ਡੋਮੀਨੇਟ ਕੀਤਾ ਜਾਂਦਾ ਸੀ ਹਰ ਵਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਨਹੀਂ ਨਹੀਂ ਦੇਖੋ ਤੋ ਬਿਨਾ ਪੰਜਾਬ ਦੇ ਵਿੱਚ ਅਸੀਂ ਨਹੀਂ ਅੱਗੇ ਵਧ ਸਕਦੇ ਪਿੰਡਾਂ ਦੇ ਵਿੱਚ ਐਕਸੈਪਟੈਂਸ ਨਹੀਂ ਹੈਗੀ ਕਿਉਂਕਿ ਲੋਕਾਂ ਦੇ ਵਿੱਚੋਂ ਹਜੇ ਕਿਸਾਨੀ ਦੇ ਜਿਹੜੇ ਆ ਉਹਦੇ ਬਾਹਰ ਨਹੀਂ ਨਿਕਲੇ ਐਮਐਸਪੀ ਦਾ ਮੁੱਦਾ ਹਜੇ ਤੱਕ ਕਟਕਿਆ ਹੋਇਆ ਵੈ ਹਰ ਐਮਐਸਪੀ ਜਿਹੜੀ ਹੈ ਫਸਲਾਂ ਦੇ ਉੱਤੇ ਜਿਸ ਤਰ੍ਹਾਂ ਵਾਅਦੇ ਕੀਤੇ ਗਏ ਸੀ ਉਹ ਪੂਰੀ ਕਮੇਟੀਆਂ ਬਣਾ ਕੇ ਲਾਗੂ ਨਹੀਂ ਹੋਈਆਂ ਹੋਰ ਹੋਰ ਬਥੇਰੇ ਮੁੱਦੇ ਹੈਗੇ ਨੇ ਜਿਨ੍ਹਾਂ ਦੇ ਨਾਲ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਕਨਫਲਿਕਟ ਹੈਗੇ ਇਸ ਕਰਕੇ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਹੈ ਕਿ ਪਿੰਡਾਂ 'ਚ ਜਿੱਥੇ ਸਾਨੂੰ 0 ਲੈਵਲ ਤੇ ਵੋਟ ਪੈਣੀ ਹੈ ਜਾਂ 1% ਪੈਣੀ ਹੈ ਚਲੋ ਅਕਾਲੀ ਲਾਲ ਆਣ ਦੇ ਨਾਲ 12-13% ਤਾਂ ਪਿੰਡਾਂ 'ਚੋਂ ਪੈ ਜਾਏਗੀ ਔਰ ਉਹਦੇ ਨਾਲ ਕਈ ਸੀਟਾਂ ਇਹਨਾਂ ਦੀਆਂ ਸੇਫ ਹੋ ਜਾਂਦੀਆਂ ਜਿਵੇਂ ਤੁਹਾਨੂੰ ਗੁਰਦਾਸਪੁਰ ਸੀਟ ਦੱਸੀ ਹੈ ਹੁਸ਼ਿਆਰਪੁਰ ਸੀਟ ਦੱਸੀ ਹੈ ਇਦਾਂ ਹੀ ਅਗਰ ਆਨੰਦਪੁਰ ਸਾਹਿਬ ਲੜਦੇ ਸੀਟ ਇੰਡਸਟਰੀ ਚ ਉਹ ਆਪ ਅੱਗੇ ਨੇ ਤੇ ਅਗਰ ਪਿੰਡਾਂ ਚੋ ਵੋਟ ਪੈ ਜਾਂਦੀ ਹੈ ਕੁਛ ਅਕਾਲੀ ਦਲ ਮੰਨ ਲਓ ਜਿਆਦਾ ਨਹੀਂ ਤੇ 10% ਵੀ ਵੋਟ ਪਵਾ ਜਾਂਦਾ ਤੇ ਇੰਨੇ ਦੀ ਜਿੱਤ ਹਾਰ ਹੁੰਦੀ ਜਿੱਤ ਹਾਰ ਦਾ ਮਾਰਜਨ ਤਾਂ ਸਿਰਫ 5-7% ਤੇ ਹੀ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਚ ਕਾਹੀ ਕਾਫੀ ਦੂਜੀਆਂ ਪਾਰਟੀਆਂ ਦੇ ਖਾਸ ਕਰਕੇ ਕਾਂਗਰਸ ਦੇ ਵੀ ਆਏ ਨੇ ਕਿ ਉਹ ਇਸ ਨੂੰ ਗਠਜੰਬੰਦਨ ਨੂੰ ਮਨਜ਼ੂਰ ਕਰਨਗੇ ਜਾਂ ਕਿਸ ਤਰ੍ਹਾਂ ਦਾ ਨਹੀਂ ਦੇਖੋ ਪਤਾ ਕੀ ਹੈ ਸੁਨੀਲ ਜਾਖੜ ਆਲਵੇਜ਼ ਪੋਜ਼ਿਟਿਵ ਇਦਾਂ ਸ਼੍ਰੋਮਣੀ ਅਕਾਲੀ ਦਲ ਹੀ ਇਜ਼ ਅ ਵੈਰੀ ਕਲੋਜ਼ ਟੂ ਦਾ ਬਾ ਉਸੀ ਪਿੱਛੇ ਜੀ ਉਹਨਾਂ ਦੀ ਸਟੇਟਮੈਂਟ ਵੀ ਆਈ ਹੈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲਈ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਅੱਜ ਤੋਂ 15 ਦਿਨ ਪਹਿਲਾਂ ਦੀ ਸਟੇਟਮੈਂਟ ਹੈ ਕਿਤੇ ਨਾ ਕਿਤੇ ਉਹ ਅਕਾਲੀ ਦਲ ਦੇ ਨਾਲ ਉਦਾਂ ਵੀ ਬਾਦਲ ਸਾਹਿਬ ਨੂੰ ਰਿਸਪੈਕਟ ਕਰਦੇ ਨੇ ਨੇ ਆਪਣੇ ਬਾਦਲ ਸਾਹਿਬ ਨੂੰ ਆਪਣੇ ਫਾਦਰ ਦਾ ਦਰਜਾ ਦਿੰਦੇ ਰਹੇ ਨੇ ਸੁਖਬੀਰ ਨੂੰ ਭਰਾ ਦਾ ਦਰਜਾ ਦਿੰਦੇ ਰਹੇ ਨੇ ਕਿਤੇ ਨਾ ਕਿਤੇ ਜਿਹੜਾ ਜਾਖੜ ਸਾਹਿਬ ਦਾ ਪਿਆਰ ਬਾਦਲ ਪਰਿਵਾਰ ਨਾਲ ਹੈਗਾ ਔਰ ਉਹਨਾਂ ਦੀ ਕੋਸ਼ਿਸ਼ ਵੀ ਹੈਗੀ ਹੈ ਕਿ ਇਹ ਗਠਮੰਦਨ ਹੋ ਜੇ ਦੂਸਰੀ ਜਿਹੜੀ ਗੱਲ ਹੈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਇਹ ਵੀ ਬਾਦਲ ਫੈਮਿਲੀ ਦੇ ਕਲੋਜ਼ ਮੰਨੇ ਜਾਂਦੇ ਨੇ ਸਭ ਨੂੰ ਪਤਾ ਹੈ ਕਿ ਇਹ ਸ਼ਰੋਮਨੀ ਅਕਾਲੀ ਦਲ ਦੇ ਬਾਦਲ ਜਿਹੜੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਸੋਮ ਪ੍ਰਕਾਸ਼ ਨਾਲ ਬਹੁਤ ਜ਼ਿਆਦਾ ਚੰਗਾ ਪਿਆਰ ਵੀ ਰਿ ਸਾਚੀ ਦੀ ਇਹੀ ਚੱਲ ਰਹੀ ਆ ਕਿ ਕਿਸੇ ਨਾ ਤਰੀਕੇ ਗਠਜੰਬੰਦਨ ਹੋ ਜਵੇ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਅਸੀਂ ਸੀਟਾਂ ਤਦੇ ਜੇ ਸਕਦੇ ਆ ਕਿ ਜੇ ਅਕਾਲੀ ਦਲ ਨਾਲ ਗਠਜੰਬੰਦਨ ਹੋਏਗਾ ਕਿਉਂਕਿ ਕੋਈ ਵੀ ਲੋਕ ਸਭਾ ਸੀਟ ਐਸੀ ਨਹੀਂ ਆ ਜਿਹੜੀ ਕੱਲੀ ਸ਼ਹਿਰ ਤੇ ਨਿਰਭਰ ਹੋਵੇ ਤੁਹਾਨੂੰ ਪਿੰਡਾਂ ਦੀਆਂ ਵੋਟਾਂ ਤਾਂ ਲੈਣੀਆਂ ਹੀ ਪੈਣਗੀਆਂ ਨਾ ਤਾਂ ਤੁਸੀਂ ਇੱਕ ਪਾਸੇ ਹੁਣੇ ਥੋੜੇ ਦਿਨ ਪਹਿਲਾਂ ਕਿਹਾ ਮੇਰੇ ਨਾਲ ਗੱਲ ਜਦੋਂ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਨਹੀਂ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਮੈਂ ਤੁਹਾਨੂੰ ਫੇਰ ਕਹਿਣ ਲੱਗਾ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਣ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਹੋਏਗਾ ਕਿਉਂਕਿ ਉਹਨਾਂ ਦੀ ਕਿਉਂਕਿ ਉਹਨਾਂ ਨੇ ਸ਼ਹਿਰੀ ਵਰਗ ਚ ਵੋਟ ਪੂਰੀ ਲੈਣੀ ਹੈ ਹੁਸ਼ਿਆਰਪੁਰ ਤੋਂ ਸਿਟੀ ਤੋਂ ਤੁਸੀਂ ਬਾਅਦ ਚ ਰਿਜ਼ਲਟਾਂ ਤੋਂ ਬਾਅਦ ਮੈਂ ਜ਼ਰੂਰ ਤੁਹਾਡਾ ਨਾਲ ਗੱਲ ਕਰਾਂਗਾ ਹੁਸ਼ਿਆਰਪੁਰ ਸਿਟੀ ਫਗਵਾੜਾ ਸਿਟੀ ਦਸੂਆ ਟਾਂਡਾ ਮੁਕੇਰੀਆਂ ਸਿਟੀ ਤੋਂ ਡੱਟ ਕੇ ਵੋਟ ਪਾਏਗੀ ਲੇਕਿਨ ਜਦੋਂ ਬੇਗੋਵਾਲ ਭਲੱਥ ਨਡਾਲਾ ਸੁਭਾਨਪੁਰ ਜਾਣਗੇ ਉੱਥੇ ਡਿਗਣਗੇ ਜਾ ਕੇ ਤੇ ਉੱਥੇ ਇਹਨਾਂ ਨੂੰ ਜ਼ਰੂਰਤ ਪੈਗੀ ਅਕਾਲੀ ਦਲ ਦੇ ਅੱਛੇ ਆਖਰੀ ਸਵਾਲ ਹੈ ਦੱਸੋ ਕਿ ਸੰਭਾਵਨਾ ਕੀ ਲੱਗਦੀ ਕਦੋਂ ਟicker ਹੋਣ ਦੇ ਚਾਂਸ ਹੈ ਇਲੈਕਸ਼ਨ ਤਾਂ ਬਿਲਕੁਲ ਸਿਰ ਦੇ ਉੱਤੇ ਖੜ ਡਿਪੈਂਡ ਕਰਦਾ ਜੇਪੀ ਨੱਡਾ ਜੀ ਤੇ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਜੋ ਮੈਨੂੰ ਲੱਗਦਾ ਹੈ ਕਿ ਜੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮੇਰੇ ਖਿਆਲ ਸੁਖਬੀਰ ਨੂੰ ਅਧਿਕਾਰ ਦੇ ਵੀ ਦਿੱਤੇ ਨੇ ਸੁਖਬੀਰ ਬਾਦਲ ਨੂੰ ਕਿ ਤੁਸੀਂ ਬੀਜੇਪੀ ਨਾਲ ਗਠਜੰਬਨ ਕਰਨ ਲਈ ਸਾਡੇ ਵੱਲੋਂ ਅਧਿਕਾਰਿਤ ਕੀਤੇ ਜਾਂਦੇ ਹੋ ਔਰ ਉਧਰੋਂ ਜਾਖੜ ਵੀ ਹੈਗੇ ਨੇ ਇਹਨਾਂ ਨੇ ਜਾ ਕੇ ਇਕੱਠੇ ਹੋ ਕੇ ਕਹਿਣਾ ਜੀ ਅਸੀਂ ਗਠਜੰਬਨ ਕਰਨ ਲਈ ਤਿਆਰ ਆ ਜੇ ਅਕਾਲੀ ਦਲ ਪੰਜ ਸੀਟਾਂ ਛੱਡ ਦੇਗਾ 6 ਛੱਡ ਦੇਗਾ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਰਾਜੀ ਹੋ ਜਾਏਗੀ ਧੰਨਵਾਦ ਤ ਤੁਸੀਂ ਸੁਣਿਆ ਕਿ ਸੀਨੀਅਰ ਪੱਤਰਕਾਰ सुरेंद्रਪਾਲ ਜੀ ਦਾ ਕਹਿਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੰਬੰਦਨ ਹੁੰਦਾ ਤਾਂ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਹੋਵੇ ਨਾ ਹੋਵੇ ਭਾਰਤੀ ਜਨਤਾ ਪਾਰਟੀ ਨੂੰ ਜ਼ਰੂਰ ਫਾਇਦਾ ਹੋਏਗਾ ਤੇ ਦੱਸ ਦਈਏ ਤੁਹਾਨੂੰ ਕਿ 25 ਸਾਲ ਇਹਨਾਂ ਦਾ ਗਠਜੰਬੰਦਨ ਰਿਹਾ ਤੇ ਹੁਣ 3 ਸਾਲ ਬਾਅਦ ਫਿਰ ਚਾਂਸ ਹੈ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਕਦੋਂ ਗਠਜੰਬੰਦਨ ਹੋਏਗਾ ਇਹ ਦੇਖਣਾ ਜ਼ਰੂਰੀ ਹੋਏਗਾ